चार पहियां सी हुंदे पिया, लेकिन मैं तुहानूं एक बड़ी मज़ेदार जिहड़ी है ना कहानी सुणाउंदा वां। तीन घर ने, तीनों घरां दी आपो अपनी चार पहियां ने। ए चार पही उन्होंने दिता तो असीं उन्होंने कहा कि तुहाडा जिहड़ा ना सूत्र वाण रस्सी डोरी जिहड़ी चीज़ भी तुसीं समझदे हो ਉਹ ਤੁਹਾਡੀ ਗਾਟੇ ਮੰਜੀ ਜਿਹੜੀ ਹੈ ਨਾ ਤੁਹਾਡੀ ਚਾਰ ਪਾਈ ਜਿਹੜੀ ਹੈ ਉਹ ਨਹੀਂ ਬੁਣੀ ਜਾਣੀ। ਲੇਕਿਨ ਉਹਨਾਂ ਨੇ ਕਿਹਾ ਨਹੀਂ ਜੀ ਬੁਣੀ ਜਾਏਗੀ। ਉਹ ਇਹ ਘੱਟ ਗਈ, ਇੱਕ ਇਹ ਚਾਰ ਪਾਈ ਜਿਹੜੀ ਹੈ ਇਹ ਬੁਣੀ ਹੈ। ਇਹ ਵੀ ਉਹਨਾਂ ਨੂੰ ਆਖਿਆ ਸੀ ਤੁਹਾਡੀ ਪੱਟੀ ਘੱਟ ਜਾਣੀ, ਕਿਉਂਕਿ ਲੋਹੇ ਦੀ ਚਾਰ ਪਾਈ ਵੱਡੀ ਚਾਰ ਪਾਈ ਹੈ। ਉਹਨਾਂ ਨੇ ਕਿਹਾ ਜੀ ਇਹ ਪੂਰੀ ਆ ਜਾਂਦੀ ਪੱਟੀ, ਉਹਨਾਂ ਨੇ ਪੂਰੀ ਦਿੱਤੀ ਹੈ, ਉਹ ਵੀ ਇਹ ਘੱਟ ਗਈ। ਇੱਕ ਇਹ ਪਈ ਹੈ, ਇਹਦੇ ਨਾਲ ਵੀ ਸੂਤਰ ਜਿਹੜਾ ਉਹ ਵੀ ਘੱਟ ਗਿਆ, ਉਹ ਵੀ ਕੋਈ ਨਹੀਂ। ਹੁਣ ਤਿੰਨ ਚਾਰ ਪਾਈਆਂ ਜਿਹੜੀਆਂ ਨਾ ਉਹ 75-80% ਮੁਕੰਮਲ ਹੋ ਗਏ ਪਈਆਂ ਹੋਈਆਂ ਨੇ, ਉਹਨਾਂ ਕੋਲ ਸੂਤਰ ਕੋਈ ਨਹੀਂ। ਹੁਣ ਪਤਾ ਨਹੀਂ ਕਦੋਂ ਲਿਆਉਣਗੇ ਸੂਤਰ, ਅਤੇ ਫਿਰ ਕਦੋਂ ਇਹ ਪੂਰੀਆਂ ਹੋਣਗੀਆਂ ਅਤੇ ਕਦੋਂ ਚੁੱਕਣਗੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਪਰਵਰਦਗਾਰ ਦੀ ਰਹਿਮਤਾਂ ਬਰਕਤਾਂ ਦੇ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਹੈ। ਇਹ ਜਨਾਬ ਦੋ ਮਸ਼ੀਨਾਂ ਨੇ ਸਾਡੇ ਕੋਲ ਪਈਆਂ, ਅਤੇ ਦੋਵੇਂ ਇਸ ਟਾਈਮ ਜਿਹੜੀਆਂ ਨਾ ਉਹ ਨਾ ਚੱਲਣ ਦੇ ਕਾਬਿਲ ਹਨ, ਬਿਲਕੁਲ ਵੀ ਨਹੀਂ ਚੱਲਦੀਆਂ ਪਈਆਂ। ਇਹ ਵੀ ਇਹਨਾਂ ਨੂੰ ਚੈੱਕ ਕਰਨੇ ਆ ਵੀ ਇਹਨਾਂ ਨੂੰ ਕੀ ਰੋਲਾ। ਇਹਨਾਂ ਦੇ ਸੀਟਲ ਵਗੈਰਾ ਜਿਹੜੇ ਨਾ ਉਹ ਸਾਫ਼ ਕਰਨੇ ਆ, ਅਤੇ ਬਾਕੀ ਇਹਨਾਂ ਦੀ ਸਫਾਈ ਸਫੂਈ ਕਰਨੇ ਆ, ਫਿਰ ਵੇਖਦੇ ਹਾਂ ਵੀ ਇਹ ਸੈੱਟ ਹੁੰਦੀ ਕਿ ਨਹੀਂ ਹੁੰਦੀ। ਇਹਨਾਂ ਜਿਹੜੀਆਂ ਨਾ ਉਹ ਦੋਵਾਂ ਨੂੰ ਸਾਫ਼ ਕਰਕੇ ਅਤੇ ਧੁੱਪ 'ਤੇ ਜਿਹੜਾ ਇਹਨਾਂ ਨੂੰ ਮੈਂ ਪਾ ਦਿੱਤਾ। ਅਤੇ ਉਹ ਕਾਫ਼ੀ ਦੇਰ ਧੁੱਪ ਜਿਹੜੀ ਉਹਨਾਂ ਨੂੰ ਲੱਗ ਗਈ, ਅਤੇ ਹੁਣ ਮੌਸਮ ਵੀ ਖਰਾਬ ਹੋ ਗਿਆ, ਅਤੇ ਨਾਲੇ ਜਿਹੜੀ ਇਹ ਮਸ਼ੀਨ ਹੈ ਨਾ ਇਹ ਕਿਸੇ ਦੀ ਹੈ, ਇਹ ਉਹਨਾਂ ਨੂੰ ਦੇਣ ਜਾਣੀ ਹੈ, ਅਤੇ ਉਹ ਤਾਂ ਸਾਡੇ ਘਰ ਦੀ ਮਸ਼ੀਨ ਹੈ, ਇਹ ਉਹਨਾਂ ਨੂੰ ਦੇਣ ਜਾਣੀ ਹੈ। ਇਹ ਤਾਂ ਮੋਟਰਸਾਈਕਲ 'ਤੇ ਇਹਨੂੰ ਜਿਹੜਾ ਨਾ ਲੋਡ ਕਰਨੇ ਹੈ, ਅਤੇ ਫਿਰ ਇਹ ਦੇ ਕੇ ਆਉਂਦੇ ਹਾਂ। ਮਸ਼ੀਨ ਜਿਹੜੀ ਇਹਨਾਂ 'ਚ ਲੋਡ ਹੋ ਗਈ, ਅਤੇ ਉਹ ਮੁਫ਼ਤ ਰੱਖ ਲਈ ਹੈ, ਔਰ ਇਹਦੇ ਨਾਲ ਮੈਂ ਉੱਥੋਂ ਕਾਬੂ ਵੀ ਕਰ ਲਿਆ, ਤਾਂ ਕਿ ਇਹ ਜਿਹੜਾ ਨਾ ਡਿੱਗੇ ਨਾ। ਮੌਸਮ ਜਿਹੜਾ ਨਾ ਉਹ ਅੱਜ ਕੱਲ੍ਹ ਤਰ੍ਹਾਂ ਫਿਰ ਬੜਿਆ ਖਰਾਬ ਹੋਇਆ, ਅਤੇ ਅੱਲਾ ਖੈਰ ਕਰੇ
ਮੈਨੂੰ ਤਾਂ ਬਾਰਿਸ਼ਾਂ ਤੋਂ ਬੜਾ ਡਰ ਲੱਗਦਾ ਕਿਉਂਕਿ ਮੇਰਾ ਘਰ ਜਿਹੜਾ ਨਾ ਸਾਰਾ ਕੱਚਾ ਅਤੇ ਪਹਿਲੇ ਹੀ ਜਿਹੜਾ ਨਾ ਉਹ ਇੱਕ ਬਾਰਿਸ਼ ਆ ਜਾਵੇ ਦੂਸਰੀ ਬਾਰਿਸ਼ ਦਾ ਤਾਂ ਫਿਰ ਮੈਂ ਮੁਤਮਲ ਹੋ ਹੀ ਨਹੀਂ ਰਹਿ ਸਕਦਾ। ਅਤੇ ਬਹਰਹਾਲ ਅੱਲਾਹ ਖੈਰ ਕਰੇ ਜੀ। ਨਾਲ ਦੱਸ ਵੀ ਰੱਖਿਆ ਕਰ ਕੌਣ ਕੀ ਕਰਦਾ ਪਿਆ ਸਫਦਰ ਦੀ ਕੁੜੀ ਲੱਗਦੀ ਤੇਰਾ ਨਿੱਕਾ ਭਰਾ ਸਫਦਰ ਸੂਤਰ ਜਿਹੜਾ ਨਾ ਉਹ ਘਟ ਗਿਆ ਤੇ ਫਿਰ ਉਹਨਾਂ ਨੂੰ ਆਖਿਆ ਤੇ ਉਹ ਸੂਤਰ ਹੋਰ ਲੈ ਕੇ ਆਏ ਨੇ ਤੇ ਹੁਣ ਜਿਹੜੀ ਹੈ ਨਾ 4 ਰੁਪਏ ਅਸੀਂ ਪੂਰੀ ਕਰਦੇ ਪਏ ਹਾਂ ਉਹ ਵੀ 4 ਰੁਪਏ ਪੂਰੀ ਕਰਨੀ ਹੈ ਉਹ ਵੀ ਅਸੀਂ ਪੂਰੀ ਕਰਨੀ ਹੈ ਉਹਦੀ ਪੱਟੀ ਜਿਹੜੀ ਹੈ ਉਹ ਆਈ ਪਈ ਹੈ ਉਹ ਪੱਟੀ ਪਈ ਵਿਖਾ ਗਿਆ ਇਹ ਵਾਲੀ ਪੱਟੀ ਜਿਹੜੀ ਹੈ ਅਸੀਂ ਹੁਣ ਉਹਦੀ ਦੁਬਾਰਾ ਲਾਣੀ ਹੈ ਗਾਣੀ ਕੋ ਪੀੜੀ ਚੱਲ ਬਸ ਕਰ ਐਸਾ ਜਿਹੜੀ ਹੈ ਨਾ ਮੇਰੇ ਕੋਲ 10 ਰੁਪਏ ਰਿਸ਼ਵਤ ਲਈ ਹੈ 2 ਮਿੰਟ ਦੀ ਵੀਡੀਓ ਬਣਾਉਣ ਵਾਸਤੇ ਨਹੀਂ 10 ਬੜੇ ਨੇ ਹਾਲਤ ਵੇਖ ਲੈ ਚੱਲ ਪਹਿਲੇ ਆਪਣੇ ਵਾਲ